लो जी सारिया नूं प्यार भरी सत श्री अकाल। मैं तां अज मोटर ते गया सीगा, जद मैं मोटर ते गया रात नूं लाइट आ गई, अपना क्यारा भर के एडा घग पै गया, दारे दी इक कनाल कणक दी भर गई। ਸਾਡੇ ਵਰਗਿਆਂ ਨੂੰ ਸਵੇਰੇ ਸਵੇਰੇ ਨੇਰੀ ਚੱਕਦੇ ਨੇ, ਹਾਏ ਫਟਾਫਟ ਮੇਰੀ ਰੋਟੀ ਪਕਾ ਦੋ, 8 ਵਜ ਗਿਆ ਹੋ ਗਿਆ ਹੋ ਗਿਆ। ਮੈਂ ਤਾਂ ਲੱਸੀ ਰੋਟੀ ਵੀ ਲੈ ਕੇ ਆ, ਤੂਫਾਨ ਮਚਾਇਆ, ਅਸੀਂ ਤਾਂ ਅੱਧ ਵੰਡ ਵੰਡ ਕੇ ਕੰਮ ਕਰਿਆ, ਮੈਂ ਤੇ ਮੰਮੀ ਨੇ ਵੀ ਛੇਤੀ ਗਾਣਾ ਲਾ ਵੇਚ ਦੋ। ਉਹਨਾਂ ਦੀ ਮੋਟਰ ਤੇ ਜਾ ਕੇ ਆਇਆ ਬਈ, ਹੁਣ ਠੰਡ ਹੋ ਗਈ, ਸਵੇਰ ਵੇਲੇ ਗਲੋਵਜ ਜਸਤਾਨੇ ਪੰਜਾਬੀ ਚ ਕਹਿੰਦੇ ਨੇ ਪੂਰੀ ਲੈ ਕੇ ਜਾਇਓ, ਨਹਿਰ ਕਿਨਾਰੇ ਮੇਰੀ ਕੁਲਫੀ ਜੰਮ ਗਈ। ਜਾਣਾ ਤਾਂ ਵੈਸੇ ਅਸੀਂ ਸੀਗਾ, ਡੈਡੀ ਨੇ ਉੱਪਰ ਹੀ ਆ ਕੇ ਛਾਪਾ ਮਾਰ ਲਿਆ, ਮੈਂ ਕਿਹਾ ਡੈਡੀ ਇੱਕ ਮਿੰਟ ਜੀ ਤਿਆਰ ਹੋ ਕੇ ਆ ਗਿਆ ਅਗਲਾ ਕੱਪੜੇ ਵਿੱਚੇ ਕਰੀਆਂ ਰਹਿਣ ਦਿੰਨਾ, ਪਿੱਛੇ ਕੰਮ ਕਰਨਾ ਪਿੱਛੇ ਕੰਮ ਰਹਿਣ ਦਿੰਨਾ। ਫਿਰ ਕਹਿੰਦੇ ਜੇ ਤੂੰ ਬਾਲਾ ਗਹਿਣੀ ਐਵੇਂ ਚਲਿਆ ਜਾਣਾ। ਉਹ ਫਿਰ ਸ਼ਰਨ ਮੈਨੂੰ ਕਹਿੰਦੀ ਡੈਡੀ ਵੀ ਤੁਸੀਂ ਚਲੇ ਜਾਓ, ਕੰਮ ਤਾਂ ਰੋਜ਼ ਹੀ ਹੁੰਦੇ ਰਹਿੰਦੇ ਨੇ, ਮੈਨੂੰ ਤਾਂ ਨਾਲ ਨਹੀਂ ਲੈ ਜਾ ਕੇ ਜਾਂਦੀ। ਅੱਛਾ ਭਾਗ, ਗਲਤ ਗੱਲ ਆ ਭਾਗਵਾਨ, ਆਹ ਸੂਟ ਜਮਾ ਹੀ ਅੱਗ ਲਾਉਂਦਾ ਜਾਂਦਾ, ਮੈਂ ਅੱਗ ਦੇ ਪਰੇ ਰਹੋ ਫਿਰ ਥੋੜਾ ਜਿਹਾ, ਤਾਂ ਹੀ ਫਰਕ ਨਾਲ ਖੜਾ ਮੈਂ। ਇਹਦਾ ਕਦੇ ਤੈਨੂੰ ਮੈਂ ਲੈ ਕੇ ਨਹੀਂ ਦਿੱਤਾ ਇਹੋ ਜਿਹਾ, ਨਾ ਰੰਗ ਲੈ ਕੇ ਦਿੱਤਾ, ਇਹ ਨਵਾਂ ਨਵਾਂ ਹੀ ਆਇਆ ਹਜੇ, ਗਿਫਟ ਆਇਆ ਇਹ ਸੂਟ। ਅਰੇ ਬਾਪ ਰੇ ਬਾਪ, ਤੇ ਇਹ ਸਮਰੱਥ ਬੁਟੀਕ ਆ, ਆਪਣੇ ਮਹਿਕ ਦੀ ਫਰੈਂਡ ਆ ਜਿਹਨੇ ਬੁਟੀਕ ਸ਼ੁਰੂ ਕੀਤੀ ਆ, ਇਹ ਉਹਨੇ ਮੈਨੂੰ ਸੂਟਸ ਲਾ ਕੇ ਭੇਜਿਆ, ਕਹਿੰਦੇ ਵੀ ਮਹਿਕ ਵੀ ਤੇਰੇ ਮੰਮੀ ਪਾ ਕੇ ਦੇਖ ਲੈਣ ਕਿੱਦਾਂ ਲੱਗਿਆ ਵਧੀਆ। ਪਰ ਮੈਂ ਇੱਕ ਮੇਰੀ ਬੱਚੇ ਨੂੰ ਸਲਾਹ ਦੇਣੀ ਆ ਵੀ ਜਿੱਦਾਂ ਸਾਡੇ ਵਰਗੀਆਂ ਲੇਡੀਜ਼ ਨੇ 50 ਤੋਂ ਉੱਪਰ ਹੋ ਜਾਂਦੀਆਂ ਨੇ, ਪੁੱਤਰ ਇੱਦਾਂ ਦਾ ਦੁਪੱਟਾ ਨਾ ਬਣਾਇਆ ਕਰ, ਕਿਉਂਕਿ ਸਿਰ 'ਤੇ ਨਹੀਂ ਰਹਿੰਦਾ, ਕਿਉਂਕਿ ਸਾਨੂੰ ਸਿਰ 'ਤੇ ਰੱਖਣਾ ਪੈਂਦਾ, ਜਦੋਂ ਸਿਰ ਤੋਂ ਦੁਪੱਟਾ ਉੱਤਰ ਜਾਂਦਾ ਫਿਰ ਪਤਾ ਵੀ ਇੱਕ ਮਿਹਨਤ ਹੋਰ। ਕਈ ਵਾਰੀ ਹੁਣ ਘਰੇ ਵੀ ਹੁੰਦੇ ਆ, ਨਹੀਂ ਸਿਰ 'ਤੇ ਦੁਪੱਟਾ ਲਿਆ ਹੁੰਦਾ ਜਦੋਂ ਖਾਣਾ ਬਣਾਉਂਦੇ ਆ, ਉਦੋਂ ਉਹ ਮੈਨੂੰ ਸੋਹਣਾ ਲੱਗਦਾ ਸੀ, ਸਿਰ ਤੋਂ ਦੁਪੱਟਾ ਉੜਦਾ ਹੋਵੇ ਫਿਰ ਬਹੁਤ ਵਧੀਆ ਲੱਗਦਾ। ਨਹੀਂ ਫਿਰ ਵਧੀਆ ਨਹੀਂ ਲੱਗਦਾ ਨਾ ਉਮਰ ਦੇ ਹਿਸਾਬ ਨਾਲ, ਤੇ ਬਾਕੀ ਸੂਟ ਵਧੀਆ ਫਿਟਿੰਗ ਫਿਟਿੰਗ ਮਿਲਿਆ। ਤੇ ਕੰਟੈਕਟ ਨੰਬਰ ਆਪਾਂ ਡਿਸਪਲੇ ਕਰ ਦਾਂਗੇ ਉੱਪਰ ਸਕਰੀਨ ਤੇ, ਤੇ ਤੁਸੀਂ ਕੰਟੈਕਟ ਕਰ ਲਿਓ ਜੇ ਕਿਸੇ ਨੇ ਬਣਾਉਣਾ ਹੋਵੇ ਤੇ ਉਹਨੂੰ ਸਪੋਰਟ ਕਰਿਓ। ਭੈਣ ਆਪਣੀ ਮੈਨੂੰ ਵੀ ਸੂਟ ਦਿੱਤਾ ਬਹੁਤ ਫੇਕਾ, ਪਰ ਮੈਂ ਨਾਮ ਨਹੀਂ ਦੱਸਣਾ, ਉਹ ਕਹਿੰਦਾ ਗੁਪਤ ਰੱਖੇ। ਠੀਕ ਹੈ ਜੀ, ਆਪਾਂ ਚੱਲਦੇ ਹਾਂ ਜੀ, ਦੋ ਤਿੰਨ ਜਗ੍ਹਾ ਤੇ ਰਿਸ਼ਤੇਦਾਰੀਆਂ 'ਚ ਮਿਲ ਕੇ ਆਉਣਾ, ਔਰ ਜਾਣਾ ਸਾਡੇ ਮਾਮਾ ਜੀ ਦੀ ਬੇਟੀ ਕੋਲ, ਸਾਡੇ ਆਉਂਦੇ ਆਉਂਦੇ ਫਿਰ ਰਸਤੇ 'ਚ ਹੋਰ ਕਈ ਸਟੋਪੇਜ ਨੇ, ਉੱਥੇ ਵੀ ਰੁਕਦੇ ਆਵਾਂਗੇ। ਬਾਕੀ ਬਾਅਦ ਸਟੋਪੇਜ, ਬਾਕੀ ਡੈਡੀ ਨਾਲ ਤਿਆਰ ਹੋ ਗਿਆ, ਹੁਣ ਸਾਨੂੰ ਥੋੜਾ ਖਤਰਾ ਹੋ ਗਿਆ। ਰਿਸ਼ਤੇਦਾਰ ਵੀ ਕਹਿੰਦੇ ਵੀ ਚਾਹ ਪੀਣੀ ਆ ਸੀ, ਮੈਂ ਸਿੱਖ ਗਿਆ। ਠੀਕ ਹੈ ਜੀ, ਚਲੋ ਚੱਲਦੇ ਆ। ਡੈਡੀ ਮੈਨੂੰ ਤਾਂ ਪਤਾ ਜੀ ਕਿੰਨਾ ਸੀ, ਆਪਾਂ ਭੂਆ ਜੀ ਕੋਲੋਂ ਆ ਗਏ, ਹੁਣ ਆਪਾਂ ਮਾਸੀ ਜੀ ਕੋਲੇ ਆ ਗਏ, ਡੈਡੀ ਦੀ ਭੈਣ ਕੋਲੋਂ, ਮੰਮੀ ਦੀ ਭੈਣ ਕੋਲ ਆ ਗਏ। ਨਿਆਣੇ ਕਹਿੰਦੇ ਟਾਈਮ ਪਾਸ ਮੰਗਾਉਣਾ ਹੈਗਾ, ਮੈਂ ਕਿਹਾ ਮੰਗਾ ਲਓ ਕੀ ਹੁੰਦਾ, ਮੈਂ ਕਿਹਾ ਖਾ ਲਾਂਗੇ, ਆਹ ਚੀਜ਼ ਜੀ ਮਿਲੀ ਹੈਗੀ। ਸਾਈਕਲ 'ਤੇ ਵੀ ਚੜੋ ਫਿਰ ਟਾਈਮ ਪਾਸ ਹੋਣਾ, ਸਾਈਕਲ 'ਤੇ ਚੜਿਆ ਜਾਂਦਾ ਨਟੋ। ਇਹ ਕਹਿੰਦੀ ਬਾਹਲਾ ਚਿਰ ਖਾਈ ਜਾਂਦੇ ਹੁੰਦੇ ਹਾਂ ਅਸੀਂ, ਬਾਕੀ ਹੁਣ ਪਤਾ ਲੱਗੂ ਕਿੰਨਾ ਚਿਰ ਖਾਧੇ ਜਾਣੇ ਆ। ਇੱਕ ਇੱਕ ਚੱਕ ਕੇ ਖਾਈ, ਇੱਕ ਇੱਕ ਚੱਕ ਕੇ, ਕੋਈ ਨਾ ਚਲੋ ਉਹਨੇ, ਉਹ ਦੇਖੋ ਕਿੰਨੇ ਸਿਆਣੇ ਨਾਲ ਲੱਗੇ ਹੋਏ ਸੀ। ਮੈਂ ਤਾਂ ਡਰਦਾ ਸਿੰਘ ਸਾਹਿਬ ਇੰਨਾ ਰੋਇਆ, ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਿਆ ਵੀ ਆਹ ਕੀ ਆ। ਸਤਿ ਸ਼੍ਰੀ ਅਕਾਲ ਕਰਦੇ ਪੁੱਤ, ਵਾਹਿਗੁਰੂ ਕਹਿ ਦੋ, ਵਾਹਿਗੁਰੂ ਜੇ ਮੈਂ ਬੁਲਾ ਲਿਆ ਫੇਰ ਇਹਨੇ ਡਰ ਜਾਣਾ, ਵਾਹਿਗੁਰੂ ਕਹਿ ਦੇ, ਬਹੁਤ ਸੋਹਣਾ ਕਹਿੰਦਾ ਵਾਹਿਗੁਰੂ। ਦੋ ਸਾਊ ਜਵਾਕ ਦਾ ਪਿੱਛੇ ਬੈਠੇ ਨੇ ਵਿਸ਼ਵ, ਹਨਾ ਮੈਂ ਕਿਹਾ ਦੋ ਸਾਊ ਜਵਾਕ ਦਾ ਪਿੱਛੇ ਬੈਠੇ ਨੇ, ਬਹੁਤ ਜ਼ਿਆਦਾ ਸਾਊ ਆ, ਜਿਹਨੂੰ ਬੁਲਾਇਆ ਫਿਰ ਇਹਨੇ ਰੋਣ ਲੱਗ ਗਿਆ ਨਾ। ਬੋਲੋ ਚਾਚੀ ਨੇ, ਡਰਦਾ ਦੇਖੋ, ਡਰਦਾ ਵਿਚਾਰਾ, ਚਾਤ ਕਰ ਦੋ ਚਾਚੀ, ਚਾਤ ਦੇਖਦਾ ਚੱਕ ਲਿਆ। ਨਿਆਣੇ ਦੀ ਬੱਸ ਕਰਾ ਕੇ ਰੱਖਦੇ ਨੇ ਜਿਹੜੇ ਵੱਡੇ ਭੈਣ ਭਾਈ ਹੁੰਦੇ ਨੇ। ਮਾਸੀ ਜੀ ਲਈ ਲਿਆਏ ਸੀਗੇ ਸੂਟ ਸਮਰਾਲੇ ਵਾਲਿਆਂ ਦੀ ਦੁਕਾਨ ਤੋਂ, ਮਾਸੀਆਂ ਗੁੱਸੇ ਨਹੀਂ ਹੋਣੀਆਂ ਚਾਹੀਦੀਆਂ, ਮਾਸੀਆਂ ਗੁੱਸੇ ਹੋ ਗਈਆਂ ਦੇਖ ਲਾ ਫਿਰ, ਫਿਰ ਮੰਮੀ ਨੇ ਗੁੱਸੇ ਹੋ ਜਾਣਾ, ਮਾਸੀਆਂ ਗੁੱਸੇ ਹੋ ਗਈਆਂ। ਮੈਂ ਕਿਹਾ ਮਾਸੀਆਂ ਨੂੰ ਲੈ ਦਿੰਦੇ ਹਾਂ ਸਰਦੀਆਂ ਵਾਲੇ ਸੂਟ, ਲੈ ਦਿੰਦੇ ਹੈਗੇ ਗਿਫਟ, ਲੈ ਦਿੰਦੇ ਹਾਂ ਮਾਸੀ ਨੂੰ। ਆਪਣਾ ਥੱਲਿਓ ਵੱਢ ਕੇ ਜੋ ਮਰਜ਼ੀ ਕਰ ਲਈ,
जे मधरे बंदे नूं पसंद नहीं लंबे नूं आ गया बिहूगा मासी को लेके जाना इन्हू दे दो केरा कुड़ी नू दो तीरा नहीं है हक बनता है किसी ओहदे च नहीं है ਹਣਾ ਡੈਡ ਜੀ ਕੁੜੀ ਦਾ ਹੱਕ ਬਣਦਾ ਜੀ ਕੁੜੀਆਂ ਨੂੰ ਘਰ ਦੇ ਘੱਟ ਦਿੰਦੇ ਹੁੰਦੇ ਨੇ ਕਹਿੰਦੀ ਐ ਥੋੜੇ ਨੇ ਮੈਨੂੰ 10 ਰੁਪਏ ਦੇ ਦੋ ਹਣਾ ਮੰਮੀ ਥੋੜੇ ਦੇ ਦੋਨਾਂ ਦੇ ਨੇ ਕੋਈ ਨਾ ਦੋਨਾਂ ਦੇ ਇਹਨੂੰ ਵੰਡਨੇ ਨਹੀਂ ਪੈਣੇ ਪਹਿਲੀ ਵਾਰ ਪੈਣੇ ਇਹਨੂੰ ਸਿੱਟਣਾ ਚਾਹੀਦਾ ਇਹਨੂੰ ਵੰਡਨੇ ਨਹੀਂ ਪੈਣੇ ਪਹਿਲੀ ਵਾਰ ਆਈ ਨੂੰ ਪਹਿਲੀ ਵਾਰ ਜਦੋਂ ਮਿਲ ਅਗਲੀ ਵਾਰ ਘੱਟ ਜਾਣੇ ਕੱਲੇ ਨਿਆਣੇ ਦਾ ਇਹ ਫਾਇਦਾ ਮੈਂ ਕਹਿੰਦੀ 5 ਰੁਪਏ ਟਾਈਮ ਪਾਸ ਤੇ ਵੀ ਲਾ ਕੇ ਆਈ ਤੁਸੀਂ ਤਾਂ ਵੀ ਪੈਸੇ ਵੰਡਾ ਦੇ ਕਰੇਲੇ ਇੱਥੇ ਵੀ ਕਰਦੇ ਹੁੰਦੇ ਤੇ ਪਿੰਗ ਝੂਟਣਾ ਦਾ ਹਾਏ ਹਾਏ ਵੀ ਬੰਨ ਗਿਆ ਨਾ ਜੋ ਖੇਡਣ ਖੋਡਣ ਲੱਗਿਆ ਵੀ ਭੱਜਦੇ ਨੇ ਭੱਜਦੇ ਲੈ ਲੈਂਦੇ ਆ ਸੁਣਦਾ ਭਾਈ ਮੇਰਾ ਭਾਣਜਾ ਸੂਟ ਲੈ ਕੇ ਬਹੁਤ ਸੋਹਣਾ ਹਾਏ ਮੈਂ ਮਾਸ ਜਮੇ ਭਾਣਜਾ ਜਮੇ ਕਰ ਲੈਣ ਨੇ ਦੇਖ ਲਾ ਠੀਕ ਹੈ ਬਹੁਤ ਮਾਸੀਆਂ ਫਿਰ ਵੀ ਭਾਣਜੇ ਦਾ ਬਣ ਗਿਆ ਭਾਣ ਜੀ ਲੋਦਾ ਨਹੀਂ ਬੜੀ ਆ ਦੇਖ ਲੋ ਡੈਡੀ ਫਿਰ ਨੋਹਾ ਨੋਹਾ ਹੀ ਨਾਲ ਭਾਣਜਾ ਭਾਣਜ ਨੂੰ ਲੈ ਕੇ ਆਈ ਦੇਖ ਲੋ ਵੀ ਆਪਾਂ ਇਹਨੂੰ ਕਿਹਾ ਹੋਇਆ ਵੀ ਮੈਨੂੰ ਕੁਝ ਨਹੀਂ ਪਤਾ ਹੁੰਦਾ ਲੈਣ ਦੇ ਵੀ ਕੁਝ ਵੀ ਜੋ ਦੇਣਾ ਵੀ ਤੇਰੀ ਹੈ ਜਿਉਂਦੇ ਰਹੋ ਉਹ ਮੇਰੇ ਵੱਲ ਹਾਂ ਚਲੋ ਪੈਸੇ ਤਾਂ ਇੰਨਾ ਦੇ ਸੀਗੇ ਉਹ ਤਾਂ ਮਜ਼ਾਕ ਕਰਦੇ ਆ ਜੇ ਆਗਿਆ ਦਿੱਤੀ ਪੈਸੇ ਦਿੱਤੇ ਫੇਰ ਹੀ ਆਇਆ ਡੈਡੀ 10 ਰੁਪਏ ਦੇ ਦਿਓ ਜੀ ਇਹਨੂੰ ਆ ਮਨਵੀਰ ਨੂੰ ਕਿਉਂ ਇਹਦੇ ਤੋਂ ਮੈਂ ਟਾਈਮ ਪਾਸ ਮੰਗਵਾਏ ਸੀ ਇਹਦੇ 5 ਰੁਪਿਆਂ ਦੇ ਟਾਈਮ ਪਾਸ ਖਾ ਗਈ ਮੈਂ ਇਹ ਮੇਰਾ ਭਰਾ ਗਿਆ ਹੋਇਆ ਭਾਈ ਤਾਂ ਕਰਕੇ ਦੇ ਦਿੱਤੇ ਤੈਨੂੰ ਐਂ ਹੁੰਦਾ ਜੇ ਰਿਸ਼ਤੇਦਾਰਾਂ ਆਇਆ ਤੇ ਭੱਜ ਦੋ ਰਿਸ਼ਤੇਦਾਰ ਆਇਆ ਤੇ ਜੇ ਬੰਦਾ ਭੱਜ ਜਾਂਦਾ ਨੁਕਸਾਨ ਹੋ ਜਾਂਦਾ ਤੇਰਾ ਨੁਕਸਾਨ ਹੋ ਗਿਆ ਹੁਣ ਉਹ ਲੈ ਗਈ ਪੈਸੇ ਸਾਨੂੰ ਹੀ ਨਹੀਂ ਉਹ ਦੇ ਦੂਗੀ ਸੱਚ ਉਹਨੇ ਤਾਂ ਤੇਰੀ ਜੁੱਜੀ ਜੈਕਟ ਕਿੱਥੇ ਆ ਪਹਿਲਾਂ ਹੀ ਨਵੀਂ ਜੈਕਟ ਪਾਈ ਸੀ ਗਰਮੀ ਚ ਵਰਗੀ ਵਿਚਾਰੀ ਚਾਹ ਚਾਹ ਚ ਉਹ ਤੋਂ ਪਹਿਲਾਂ ਇੱਕ ਹੋਰ ਪਾਈ ਸੀ ਉਹ ਤੋਂ ਪਹਿਲਾਂ ਗੁਲਾਬੀ ਪਾਈ ਸੀ ਅਜੋ ਪਿੰਕ ਪਾਈ ਹੁਣ ਉਹ ਡੀਕ ਦੀ ਰਹਿ ਗਈ ਕਹਿੰਦੀ ਮਾਸੀ ਹੁਣੇ ਤਾਂ ਆਏ ਨਹੀਂ ਮੈਂ ਬਦਲਾ ਹੁਣ ਉਹਨੂੰ ਦੇ ਦੇ 10 ਰੁਪਏ ਵਿਚਾਰੇ ਨੂੰ ਬਾਕੀ ਬਣਾ ਲਈ ਉਹਦੇ ਤੋਂ 250 ਰੁਪਿਆ ਦੇ ਦਿੱਤਾ ਤੇਰਾ ਤੇ ਸਾਡੇ ਨਾਲ ਵਾਲੇ ਪਿੰਡ ਰਾਮਪੁਰ ਟੂਰਨਾਮੈਂਟ ਚੱਲ ਰਿਹਾ ਤੇ ਜਦੋਂ ਕਮੈਂਟਰੀ ਜੀ ਹੁੰਦੀ ਹੁੰਦੀ ਆ ਇੰਨਾ ਸੋਹਣਾ ਲੱਗਦਾ ਹੁੰਦਾ ਐ ਜੇ ਜੀ ਕਰਦਾ ਹੁੰਦਾ ਵੀ ਜਾ ਕੇ ਦੇਖੀਏ ਟੂਰਨਾਮੈਂਟ ਦੇਖਣ ਦਾ ਵਾਲਾ ਉਹ ਹੁੰਦਾ ਪਰ ਫਿਰ ਓਨੀ ਗੱਲ ਨਹੀਂ ਬਣਦੀ ਜਦੋਂ ਜਾਈਦੀ ਆ ਦੂਰੋਂ ਸੋਹਣੀ ਵਧੀਆ ਲੱਗਦੀ ਆ ਉੱਥੇ ਖੜਨ ਨੂੰ ਜਗ੍ਹਾ ਹੁੰਦੀ ਆ ਬੈਠਣ ਨੂੰ ਹੁੰਦੀ ਨਹੀਂ ਤੇ ਪਿੰਡ ਵਧੀਆ ਪਰ ਇੱਕ ਗੱਲ ਬਹੁਤ ਵਧੀਆ ਖੇਡਾਂ ਨੂੰ ਸੰਭਾਲਿਆ ਹੋਇਆ ਜਦੋਂ ਵੀ ਇੱਥੋਂ ਲੱਗੋ ਗਰਾਊਂਡ 'ਚ ਕੋਈ ਨਾ ਕੋਈ ਗੇਮ ਚੱਲਦੀ ਹੀ ਹੁੰਦੀ ਆ ਅੰਗਦ ਆ ਗਿਆ ਹਾਂ ਆਜੋ 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 ਵੱਧ ਗਏ ਹਾਏ ਹਾਏ ਕਿੰਨਾ ਚੋ ਜੜ ਜਾਂਦਾ ਇਹਨੂੰ ਗੱਡੀ ਦੇ ਕੇ ਬਾਏ ਕਰ ਦੋ ਅੰਗਨ ਬਾਏ ਦਾ ਤੇ ਕਿੰਨਾ ਸੋਹਣਾ ਲਾ ਗੱਲਾਂ ਮਾਰਨ ਲੱਗ ਗਿਆ ਆ ਦੇਖ ਸਿੰਘ ਸਾਹਿਬ ਬਾਈ ਕਰਦਾ ਤੁਹਾਨੂੰ ਬਸ ਬਾਈ ਕਰ ਦੋ ਬਾਈ ਕਰ ਦੇ ਕੱਲ ਨੂੰ ਘੁੰਮੀ ਕਰਕੇ ਆਈ ਗੱਡੀ ਚ ਡੈਡੀ ਨਾਲ ਕੱਲ ਜਾਊਗਾ ਮੈਂ ਪੁੱਤ ਦੇ ਡੈਡੀ ਨਾਲ ਕੀ ਕਰਕੇ ਆਈ ਕਹਿੰਦਾ ਬਾਹਰ ਖੋਲੋ ਕਹਿੰਦਾ ਕੱਢ ਜਾ ਖੋਲਦੀ ਆ ਬੱਕਾ ਇਹ ਪਾਣੀ ਕਢੋ ਦਾਦੀ ਨੂੰ ਪਾਣੀ ਲਗਾ ਦੋ ਆਪਣੇ ਆਪ ਹੀ ਖੋਲ ਲਿਆ ਸੀ ਹਾਏ ਕਿੱਥੇ ਗਿਆ ਜੀ ਦਾਦੀ ਨੂੰ ਪਾਣੀ ਕਢੋ ਮੈਚਿੰਗ ਹੋ ਗਿਆ ਮੈਚਿੰਗ ਮੈਚਿੰਗ ਬੱਤ ਹਾਂ ਹਾਏ ਬੰਦ ਕਰ ਦੋ ਬੱਚ ਫਰਜੀ ਨੇ ਸਮਾਨ ਦਿੱਤਾ ਸੀਗਾ ਖਾਣ ਪੀਣੇ ਵਾਲਾ ਅੰਦਰ ਲੈ ਜਾ ਉੱਧਰ ਵੀ ਅੰਦਰ ਲੈ ਕੇ ਚੱਲ ਅੰਗ ਉਹਨੇ ਕਹਿਣਾ ਮੈਂ ਤਾਂ ਆਪ ਖਾਣਾ ਮੈਂ ਕਿਹਾ ਤਦੋਂ ਤੁਸੀਂ ਕਹਿੰਦੇ ਵੀ ਵੀਰ ਜੱਸ ਦਾ ਪ੍ਰੋਡਕਟ ਖਾਣੇ ਹੋ ਬਿਸਕੁਟ ਰਸ ਕੁਕੀਜ਼ ਵਗੈਰਾ ਤਾਂ ਸਾਡੇ ਫੁੱਫੜ ਜੀ ਦੀ ਹੈ ਆ ਦੇਖੋ ਆ ਤਾਂ ਦੇਖੋ ਹਾਂਜੀ ਮੈਨੂੰ ਦੇ ਕਹਿੰਦਾ ਛੱਡਣਾ ਨਹੀਂ ਹੁਣ ਫੜ ਲੈਣਾ ਵਾ ਇਹਨੂੰ ਆ ਗਿਆ ਕਿੱਥੇ ਜਾ ਰਿਹਾ ਪਤਾ ਆ ਜੀ ਚੀਜ਼ੀ ਖਾਣੇ ਆ
चा चढ़िया फिर बस हूं इन्हें ऐ करी जाना मेन बुला मैं पिछे भजूंगा फिर लुक जाना घंटा ऐ करी जाना हम थोड़ी देर आऊगा मेन पंगा जा दूंगा मैं पिछे भजूंगा राजीव नू कहिंदा बचा मैनू नहीं मेरा सोना काका मैं हुण बन लैणा।